ਡੀਐਸਪੀ ਜੋਰਾ ਸਿੰਘ ਨੂੰ ਐਲਾਨਿਆ ਕਰੋਨਾ ਯੋਧਾ। ਪਕਾਰ ਫਾਊਂਡੇਸ਼ਨ ਚੰਡੀਗੜ੍ਹ ਵੱਲੋਂ ਕੀਤਾ ਗਿਆ ਸਨਮਾਨਿਤ। ਕਰੋਨਾ ਮਹਾਂਮਾਰੀ ਦੇ ਚਲਦੇ ਮਿਹਨਤ ਅਤੇ ਲਗਨ ਨਾਲ ਕੰਮ ਕਰਨ 'ਤੇ ਡੀਐਸਪੀ ਜੋਰਾ ਸਿੰਘ ਨੂੰ ਕਰੋਨਾ ਯੋਧਾ ਐਲਾਨਿਆ ਗਿਆ ਹੈ, ਜਿਸ ਨੂੰ ਪਕਾਰ ਫਾਊਂਡੇਸ਼ਨ ਚੰਡੀਗੜ੍ਹ ਵੱਲੋਂ ਬਠਿੰਡਾ ਵਿਖੇ ਆ ਕੇ ਅੱਜ ਦਾ ਜਿਹੜਾ ਸਨਮਾਨਿਤ ਸਮਾਂ ਕੀਤਾ ਉਹਦੇ ਗਿਆ ਵਿੱਚ ਹੈ। ਜਿਹੜੇ ਕਰੋਨਾ ਵਾਰੀਅਰਸ ਜਿਨ੍ਹਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ ਹੈ, ਉਹਦੇ ਵਿੱਚ ਅਸੀਂ ਕਈ ਸ਼ਖਸੀਅਤਾਂ ਨੂੰ ਸਨਮਾਨਿਤ ਕਰ ਰਹੇ ਹਾਂ। ਬਠਿੰਡੇ ਦੇ ਵਿੱਚ ਅਸੀਂ ਡੀਐਸਪੀ ਜੋਰਾ ਸਿੰਘ ਜੀ ਇਹਨਾਂ ਨੂੰ ਸਨਮਾਨਿਤ ਕੀਤਾ ਅਤੇ ਕਰੋਨਾ ਯੋਧੇ ਦੇ ਰੂਪ ਦੇ ਵਿੱਚ ਇਹਨਾਂ ਦਾ ਜਿਹੜਾ ਬਹੁਤ ਵਿਲੱਖਣ ਕੰਮ ਰਿਹਾ ਅਤੇ ਮੁਬਾਰਕਬਾਦ ਦਿੰਦੇ ਹਾਂ ਅਸੀਂ ਸਾਰੀ ਟੀਮ ਵੱਲੋਂ ਇਹਨਾਂ ਨੂੰ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਮੈਂ ਡੀਐਸਪੀ ਜੋਰਾ ਸਿੰਘ ਬਠਿੰਡਾ ਤੋਂ ਅਤੇ ਮੇਰੇ ਦੋਸਤ ਸਰਦਾਰ ਗੁਰਵਿੰਦਰ ਸਿੰਘ ਸੈਣੀ ਜੋ ਚੰਡੀਗੜ੍ਹ ਤੋਂ, ਜਿਨ੍ਹਾਂ ਨੇ ਇੱਕ NGO ਪੁਕਾਰ ਫਾਊਂਡੇਸ਼ਨ ਦੇ ਵਿੱਚ ਦੇ ਤੌਰ 'ਤੇ ਕੰਮ ਕਰ ਰਹੇ ਨੇ, ਬੜੀ ਸ਼ਲਾਘਾਯੋਗ ਜੋ ਇਹ ਕੰਮ ਕਰ ਰਹੇ ਨੇ। ਮੈਂ ਅਕਸਰ ਇਹਨਾਂ ਦੇ ਚਰਚੇ ਸੁਣਦਾ ਰਹਿਣਾ, ਜੋ ਇਹ ਹੋਰ ਫੈਮਿਲੀ ਜਾਂ ਕੋਈ ਕਰੋਨਿਕ ਪੇਸ਼ੈਂਟ ਅਤੇ ਐਜੂਕੇਸ਼ਨ ਨੂੰ ਅੱਗੇ ਲਿਜਾਣ ਲਈ ਬਹੁਤ ਵਧੀਆ। ਇਹ ਬਠਿੰਡਾ ਸਰਗਰਮੀਆਂ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ।